ਆਦਿ ਧਰਮ ਸਮਾਜ ਵੱਲੋਂ ਮੋਗਾ ਦੇ ਚੋਖਾ ਪੈਲਸ ਵਿਖੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ 126ਵਾਂ ਜਨਮ ਦਿਨ ਬੜੀ ਸ਼ਰਧਾ ਪੂਰਵਕ ਮਨਵਾਇਆ ਗਿਆ। ਇਸ ਮੌਕੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਰਾਜੇਸ਼ ਬਾਘਾ ਜੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਸ਼੍ਰੀ ਰਾਜੇਸ਼ ਬਾਘਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਦੱਬੇ ਕੁਚਲੇ ਵਰਗਾਂ ਦੀ ਬਿਹਤਰੀ ਲਈ ਅਨੇਕਾਂ ਮਹੱਤਵਪੂਰਨ ਕਦਮ ਚੁੱਕੇ ਅਤੇ ਸਮਾਜ ਵਿੱਚੋਂ ਜਾਤੀਵਾਦ ਨੂੰ ਖਤਮ ਕਰਨ ਲਈ ਸਮਾਜਿਕ ਚੇਤਨਾ ਪੈਦਾ ਕਰਨ 'ਤੇ ਜ਼ੋਰ ਦਿੱਤਾ। ਸ਼੍ਰੀ ਬਾਘਾ ਨੇ ਕਿਹਾ ਕਿ ਡਾਕਟਰ ਅੰਬੇਦਕਰ ਜੀ ਇੱਕ ਮਹਾਨ ਅਰਥਸ਼ਾਸਤਰੀ ਸਨ ਜਿਨ੍ਹਾਂ ਨੇ ਔਰਤਾਂ, ਦਲਿਤਾਂ ਅਤੇ ਪਛੜੇਵਾਦੀ ਲੋਕਾਂ ਨੂੰ ਬਰਾਬਰੀ ਦਾ ਅਧਿਕਾਰ ਦੇਣ ਲਈ ਆਪਣਾ ਭਰਪੂਰ ਯੋਗਦਾਨ ਪਾਇਆ। ਉਹ ਸਮਾਜਿਕ ਅਤੇ ਆਰਥਿਕ ਬਰਾਬਰੀ ਦੇ ਮਥਈ ਸਨ ਅਤੇ ਆਪਣੇ ਆਪ ਵਿੱਚ ਇੱਕ ਸੰਸਥਾ। ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਬਾਬਾ ਸਾਹਿਬ ਦੀਆਂ ਸਿੱਖਿਆਵਾਂ 'ਤੇ ਚੱਲਣ ਦੀ ਲੋੜ ਹੈ। ਇਸ ਮੌਕੇ ਉਹਨਾਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਅਨੁਸੂਚਿਤ ਜਾਤੀਆਂ ਦੀ ਭਲਾਈ ਲਈ SC/ST ਐਕਟ ਤਹਿਤ ਦਿੱਤੀਆਂ ਜਾ ਰਹੀਆਂ ਸਹੂਲਤਾਂ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਤੇ ਹੋਰ ਭਲਾਈ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਸ਼੍ਰੀ ਬਾਘਾ ਨੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਤਸਵੀਰ 'ਤੇ ਫੁੱਲਮਾ ਪਲਾਮਾ ਪੇਂਟ ਕਰਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਪੇਂਟ ਕੀਤੇ। ਇਸ ਮੌਕੇ ਆਦਿ ਧਰਮ ਸਮਾਜ ਅੱਜ ਦੇ ਪ੍ਰਧਾਨ ਅਰਜਨ ਕੁਮਾਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਮੈਂਬਰ ਅਤੇ ਬਹੁਤ ਸੇਵਾ ਕਮਿਸ਼ਨ ਦੇ ਵਾਈਸ ਚੇਅਰਮੈਨ ਦਿਵਯੇਸ਼ ਸ਼ਰਮਾ ਜੀ ਅਤੇ ਹੋਰ ਵੱਖ ਵੱਖ ਦੁਕਾਨੇ ਅਹੁਦੇ ਨਾਲ ਇੱਥੇ ਪਹੁੰਚੇ ਪੰਜਾਬ ਦੇ, ਜਿਹਦੇ ਵਿੱਚ ਸਾਡੇ SC ਭਾਈਚਾਰਿਆਂ ਦੀ ਇੱਥੇ ਸਮੱਸਿਆ ਵੀ ਸੁਣੀਆਂ ਗਈਆਂ, ਜਿਹਦੇ ਵਿੱਚ ਉਹਨਾਂ ਨੇ ਇੱਕ ਆਸ਼ਵਾਸਨ ਸਾਨੂੰ ਦੇ ਕੇ ਗਏ ਆ ਕਿ ਜਿਹੜੀ ਤੁਹਾਡੀ ਸਮੱਸਿਆ ਵਾ ਇਹ ਅਸੀਂ ਚੰਡੀਗੜ੍ਹ ਰਹਿ ਕੇ ਕਮਿਸ਼ਨ ਵੱਲੋਂ ਤੁਹਾਡੀ ਹੱਲ ਕਰਵਾਵਾਂਗੇ। ਕਦੇ ਵੀ ਕੋਈ ਸਮੱਸਿਆ ਤੁਹਾਨੂੰ ਜਾਂ SC ਭਾਈਚਾਰੇ ਨੂੰ ਆਉਂਦੀ ਆ ਸਾਡੇ ਤੱਕ ਪਹੁੰਚ ਕੇ ਕਰੋ, ਔਰ ਜੋ ਉਪਰਾਲਾ ਤੁਸੀਂ ਆਦਿ ਧਰਮ ਸਮਾਜ ਵੱਲੋਂ ਕੀਤਾ ਅਤੇ ਉਹਨੂੰ ਕਰ ਕਰ ਬਚਾਓ। ਅਤੇ ਜੋ ਅੰਬੇਦਕਰ ਜੀ ਦੇ ਪ੍ਰੋਗਰਾਮ ਬਾਰੇ ਅੱਜ ਉਹਨਾਂ ਨੇ ਸਾਨੂੰ ਵਧਾਈ ਵੀ ਦਿੱਤੀ, ਇਹ ਜਿਹੜਾ ਪ੍ਰੋਗਰਾਮ ਆ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਸਾਡੇ SC ਬੱਚੇ ਅੱਜ ਆਏ ਆ ਉਹਨਾਂ ਨੂੰ ਕਾਪੀਆਂ ਅਤੇ ਸ਼ਹੀਦਾਂ ਨਾਲ ਸਮਾਨ। ਬਾਬਾ ਸਾਹਿਬ BR ਅੰਬੇਦਕਰ ਜੀ ਦਾ 126ਵੀਂ ਜਯੰਤੀ ਦੇ ਸੰਬੰਧ ਵਿੱਚ ਮੋਗੇ ਵਿੱਚ ਆਦਿ ਧਰਮ ਵੱਲੋਂ ਅੱਜ ਕਾਰਜਕ੍ਰਮ ਕਰਾਇਆ ਗਿਆ, ਜਿਸ ਦੇ ਜ਼ਿਲ੍ਹਾ ਪ੍ਰਧਾਨ ਅਰਜੁਨ ਜੀ ਅਤੇ ਸਮੁੱਚੀ ਟੀਮ ਨੇ ਬਹੁਤ ਵਧੀਆ ਕਾਰਜਕ੍ਰਮ ਕੀਤਾ, ਜਿੱਥੇ ਸਾਡੀਆਂ ਮਹਿਲਾਵਾਂ ਭੈਣਾਂ ਨੂੰ ਬਾਬਾ ਸਾਹਿਬ ਦੇ ਬਾਰੇ ਜਾਣਕਾਰੀ ਮਿਲੀ। ਉੱਥੇ ਉਹਨਾਂ ਦੇ ਹੱਕ ਜਿਹੜੇ ਉਹਨਾਂ ਦੀ ਐਜੂਕੇਸ਼ਨ, ਜਿਹੜੇ ਅਨੁਸੂਚਿਤ ਸਮਾਜ ਦੇ ਉਹਨਾਂ ਦੇ ਪੈਨਸ਼ਨ ਸਕੀਮਾਂ ਜਾਂ ਹੋਰ ਜਿਹੜੀ ਦਿੱਕਤ ਆ ਰਹੀ, ਮੇਰੇ ਨਾਲ ਮੇਰੇ ਮੈਂਬਰ ਭਾਰਤੀ ਕਨੇਡੀ ਜੀ ਮੈਡਮ ਅਤੇ ਪ੍ਰਭਦਿਆਲ ਜੀ ਅਤੇ ਕਰਨਵੀਰ ਅੰਦੋਰਾ ਜੀ ਉਹ ਵੀ ਹਾਜ਼ਰ ਸੀ ਅਤੇ ਮੌਕੇ 'ਤੇ ਅਸੀਂ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਔਫੀਸਰਾਂ ਨੂੰ ਉਹਨਾਂ ਦਾ ਨਿਪਟਾਰਾ ਕਰਨ ਨੂੰ ਕਿਹਾ ਗਿਆ। ਬਹੁਤ ਸਾਰੀਆਂ ਸ਼ਿਕਾਇਤਾਂ ਦਾ ਨਿਪਟਾਰਾ ਹੋ ਗਿਆ ਅਤੇ ਜਿਹੜੀਆਂ ਬਾਕੀ ਰਹਿੰਦੀਆਂ ਅਸੀਂ ਉਹਨਾਂ 'ਤੇ ਹੱਲ ਕਰਾ ਕੇ ਉਹਨਾਂ ਨੂੰ ਇਨਸਾਫ ਦਵਾਵਾਂਗੇ। ਅਤੇ ਲੋਕਾਂ ਨੂੰ ਇਹ ਵੀ ਬੇਨਤੀ ਕੀਤੀ ਕਿ ਬਾਬਾ ਸਾਹਿਬ ਦਾ ਜਿਹੜਾ ਜਨਮ ਦਿਨ ਉਹ ਆਮ ਲੋਕਾਂ ਤੱਕ ਮਨਾਓ ਅਤੇ ਉਹਨਾਂ ਦੇ ਜਿਹੜੇ ਹੱਕ ਦਿੱਤੇ ਆ ਬਾਬਾ ਸਾਹਿਬ ਨੇ ਗਰੀਬਾਂ ਨੂੰ ਜੋ ਅਧਿਕਾਰ ਦਿੱਤੇ ਕਾਨੂੰਨ 'ਚ ਲੈ ਕੇ ਉਹ ਵੀ ਇੰਪਲੀਮੈਂਟ ਕਰਨ ਲਈ ਅਸੀਂ ਲੋਕਾਂ ਤੱਕ ਪਹੁੰਚੀਏ। ਅਤੇ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਲੋਕ ਝੋਲੇ ਭਾਲੇ ਆ ਉਹਨਾਂ ਨੂੰ ਹੱਕ ਲੈਣ ਲਈ ਬਹੁਤ ਸਾਰੇ ਲੋਕ ਉਹਨਾਂ ਤੋਂ ਰਿਸ਼ਵਤ ਲੈ ਲੈਂਦੇ ਆ, ਪੈਸੇ ਕੰਮ ਕਰਾਉਣ ਦੇ ਲੈਂਦੇ ਆ, ਉਹ ਵੀ ਅਸੀਂ ਉਹਨਾਂ ਨੂੰ ਕਿਹਾ ਵੀ ਜੇ ਤੁਹਾਡੇ ਕੋਲ ਕਿਸ ਤਰ੍ਹਾਂ ਦੀ ਕੋਈ ਸ਼ਿਕਾਇਤ ਆਉਂਦੀ ਆ ਅਤੇ ਵੀ ਤੁਹਾਡੇ ਕੋਲ ਪੈਸੇ ਮੰਗ ਰਿਹਾ ਜਾਂ ਪੈਸੇ ਲਿਆ ਆ ਉਹ ਸਾਨੂੰ ਜ਼ਰੂਰ ਕਮਿਸ਼ਨ ਨੂੰ ਦੱਸੋ ਤਾਂ ਜੋ ਅਸੀਂ ਉੱਥੇ ਕਾਰਵਾਈ ਕਰਾ ਸਕੀਏ।